Mr. Singh Productions presents Satguru ji di Pavan Pavitar Hazur ji jud baithi Guru Pyari Satsang ji Fateh balai Waheguru ji ka khalsa Waheguru ji ki fateh Satguru ji da Pavan Pavitar वचन है तन 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 जन आया जिस प्रसाद सब जगत तराया जन आवन का यह सुहाओ जन कै संग चित आवे नाओ भागा वाला समा सत्संग जी बनता है जो इंसान एक चंगी संगत गुरु की संगत च बैठन का ਸਵਾਗਤ ਸਮਾਂ ਪ੍ਰਾਪਤ ਹੁੰਦਾ ਹੈ ਆਪ ਧੰਨਤਾ ਦੇ ਯੋਗ ਹੋ ਕਿ ਜੋ ਆਪ ਸਭ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੱਲ ਤਾਰਨ ਗੁਰੂ ਨਾਨਕ ਆਇਆ ਜਿਨ੍ਹਾਂ ਦਾ ਆਪ पावन पवित्र अवतार पुरब परसों मनाउन जा रहे हो देश विदेश दी संगतां इस पावन पवित्र ते अपनी हाजरियां लवांदियां ने इस समग विच और सलाना जो भंडारा हर साल हुंदा है उन्हां दे वड्डे साहिबजादे बाबा सचिन साहिब जी दा पावन पवित्र जन्म दिहाड़ा आप सब संगतां बड़ी प्यार नाल ते श्रद्धा नाल मनाउंदियां हो ये दोनों पावन पवित्र समागमां नूं मुख रखदियां होइयां ये जो समागम गुरमत दा चल रहा है अज उस संबंध च 2 तरीक नूं बड़ी देर तो तकरीबन 3 साल हो गए सन इस विषय ते विचार हो रही सी संजीव कुमार और ने बड़ी बार बेनती की संगतां नूं भी दास नूं भी कि इस पवित्र जगह के उपर आके मैं हाजिरी भर दा समा मिल जाए पर समा नहीं हो सकिया उस वेले इस साल इन्होंने बेनती की आ जाओ सतगुरु की पावन पवित्र गोद च बैठ के उस प्रभु का जस गायन कर जाओ असीं धन्नवादी हाँ कुमार संजीव ते उन्हां दी पार्टी दे जिन्हें लुधियाने तो आके बड़ा अपना समा दे के आप सब नूं गुरु इतिहास के नाल जोड़े है बहुत धन्यवादी है उस बच्चे का जिस सतगुरु ने बड़ी कृपा की है कि छोटी उम्र के विच रब नाल प्यार पै गया रब की बाणी नूं गायन करदा है अरदास बेनती करते हैं सतगुरु जी इस समुचे ही सारे परिवार नूं इस बच्चे नूं इस सारी पार्टी नूं दर करो इन्ना प्यार देना कि तुहाडे गुण सारे संसार च गा सकन अज दा समागम संगीत दा सी सत्संग जीओ यह सारे समागम आप जी दे सहयोग नाल चल रहे ने अज पहला समागम सी 2 तरीक दा और कल नूं इस स्थान के उपर आप जी पता ही है कि कबड्डी के टूरनामेंट सवेरे 11 बजे तो शुरू होने ने शाम 5 तक चलेंगे उपरंत शाम में ही तकरीबन 8 बजे रात को जिवें हर साल होंदा है बच्चों का समागम होगा बच्चों ने बड़ी देर तो जो तैयारी कर रहे हैं आप हाजिर लवाएंगे शब्द राही
ਔਰ ਕਵਿਤਾਵਾਂ ਰਾਹੀਂ। 4 ਤਰੀਕ ਨੂੰ ਅੰਮ੍ਰਿਤ ਵੇਲੇ ਜੋ ਸਮੂਹ ਸੰਗਤਾਂ ਹਰ ਸਾਲ ਦੀ ਤਰ੍ਹਾਂ ਸਾਰੇ ਸੰਸਾਰ ਦੇ ਸੁੱਖ ਵਾਸਤੇ, ਮਨੁੱਖਤਾ ਦੀ ਭਲਾਈ ਵਾਸਤੇ ਬਾਬਾ ਜੀ ਦੇ ਪਵਿੱਤਰ ਭੋਰਾ ਸਾਹਿਬ ਵਿਖੇ ਅੱਜ ਜਾਪ ਸ਼ੁਰੂ ਕੀਤੇ ਨੇ। ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਔਰ ਪਵਿੱਤਰ ਸ੍ਰੀ ਮੂਲ ਮੰਤਰ ਦੀ ਬਾਣੀ ਦੇ ਅਖੰਡ ਜਾਪ ਅੱਜ ਪ੍ਰਾਰੰਭ ਹੋਏ ਨੇ ਸਵੇਰੇ, ਜਿਨ ਦੀ ਸਮਾਪਤੀ 4 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ 5 ਵਜੇ ਹੋਵੇਗੀ। ਉਪਰੰਤ ਨਾਮ ਸਿਮਰਨ ਹੋਵੇਗਾ, ਅਰਦਾਸ ਹੋਵੇਗੀ। ਉਸ ਉਪਰੰਤ ਜੋ ਲੜੀ ਚੱਲ ਰਹੀ ਹੈ 8 ਅਕਤੂਬਰ ਤੋਂ ਸਿਰਖੰਡ ਜਾਪਾਂ ਦੀ, ਸਤਿਗੁਰੂ ਦੀ ਪਵਿੱਤਰ ਬਾਣੀ ਦੇ, ਉਹਦੇ ਜਾਪ ਉੱਪਰ ਦਰਬਾਰ ਹਾਲ ਦੇ ਵਿੱਚ 10 ਵਜੇ ਸਮਾਪਤੀ ਹੋਵੇਗੀ। ਉਪਰੰਤ ਗੁਰਮਤਿ ਸਮਾਗਮ ਹੋਵੇਗਾ, ਜਿਹਦੇ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ, ਪੰਥ ਦੀਆਂ ਮਹਾਨ ਸ਼ਖਸੀਅਤਾਂ, ਹੋਰ ਸਮਾਜਿਕ ਕਾਰਜਕਰਤਾ ਆਪ ਸਭ ਦੇ ਸਨਮੁੱਖ ਹੋਣਗੇ। ਆਪ ਜੀ ਨੂੰ ਉਸ ਪਵਿੱਤਰ ਦਿਹਾੜੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਗੁਰੂ ਦੀ ਬਾਣੀ ਗਾ ਕੇ, ਜਸ ਸੁਣਾ ਕੇ ਆਪ ਜੀ ਨੂੰ ਨਿਹਾਲ ਕਰਨਗੇ। ਉਸ ਦਿਨ ਹੀ ਹਰ ਸਾਲ ਦੀ ਤਰ੍ਹਾਂ ਜੋ ਲੋੜਵੰਦ ਪਰਿਵਾਰ ਨੇ ਸਭ ਦੇ ਸਹਿਯੋਗ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ ਵੱਲੋਂ ਮੁਫਤ ਰਾਸ਼ਨ ਦਿੱਤਾ ਜਾਵੇਗਾ। ਇਹ ਜੋ ਸਮਾਗਮ ਸਾਧ ਸੰਗਤ ਜੀ ਸਾਰੇ ਤੁਹਾਡੀ ਸਹਿਯੋਗ ਦੇ ਨਾਲ ਸਤਿਗੁਰ ਦੀ ਕਿਰਪਾ ਨਾਲ ਚੱਲਦੇ ਨੇ, ਅਸੀਂ ਬਹੁਤ ਧੰਨਵਾਦੀ ਹਾਂ। KTV ਵਾਲਿਆਂ ਦੇ, ਖਾਲਸਾ ਟੈਲੀਵਿਜ਼ਨ, ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ 'ਤੇ ਜਾ ਕੇ ਇਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸਕ ਜੋੜ ਮੇਲੇ ਦੇ ਉੱਪਰ ਜੋ ਮਾਰਚ ਹੁੰਦਾ ਹੈ, ਸ੍ਰੀ ਚੋਲਾ ਸਾਹਿਬ ਜੀ ਦਾ ਜੋੜ ਮੇਲਾ ਚੱਲਦਾ ਹੈ, ਹਰ ਸਾਲ ਹੁੰਦਾ ਹੈ, ਇਹਨਾਂ ਜਾ ਕੇ ਹਾਜ਼ਰੀ ਭਰ ਕੇ ਸਾਰੇ ਉਸ ਸਮਾਗਮਾਂ ਨੂੰ ਦੇਸ਼ ਵਿਦੇਸ਼ ਦੇ ਸੰਗਤ ਤੱਕ ਪਹੁੰਚਾਇਆ। ਬੜਾ ਉੱਦਮ ਕਰਦੇ ਨੇ, ਬੜਾ ਉਪਰਾਲਾ ਕਰਦੇ ਨੇ ਕਿ ਸੰਗਤਾਂ ਨੂੰ ਆਪਣੇ ਧਰਮ ਦੇ ਨਾਲ, ਆਪਣੇ ਵਿਰਸੇ ਨਾਲ ਜੋੜਿਆ ਜਾਵੇ, ਗੁਰੂ ਨਾਲ ਜੋੜਿਆ ਜਾਵੇ। ਔਰ ਸਹੀ ਗੱਲ ਆਪਾਂ ਗੁਰੂ ਦੀ ਹਜ਼ੂਰੀ 'ਚ ਕਹਿਣੀ ਚਾਹਾਂਗੇ। ਸਰਦਾਰ ਰਿਸ਼ਪਾਲ ਸਿੰਘ ਸਤਸੰਗ ਜੀ, ਆਪਾਂ ਕਿਸੇ ਦੀ ਕੋਈ ਵਡਿਆਈ ਨਹੀਂ ਕਰਦੇ ਕਿ ਗੁਰੂ ਦੀ ਹਾਜ਼ਰੀ 'ਚ ਵਡਿਆਈ ਕਰਨਾ ਮਨ ਮਾਤਿਆ, ਵਡਿਆਈ ਹੁੰਦੀ ਹੈ ਗੁਰੂ ਦੀ। ਜਦੋਂ ਕੋਈ ਸਭ ਕੁਝ ਲੈਂਦੇ ਹਾਂ ਅਸੀਂ, ਇੰਨਾ ਪੁਸਤਕ ਹੁੰਦੇ ਹਾਂ ਅਸੀਂ, ਜੋ ਦਾਤਾ ਏ, ਜੋ ਸਭ ਦਾ ਦਾਤਾ ਏ, ਸਾਰੇ ਸੰਸਾਰ ਨੂੰ, ਬ੍ਰਹਿਮੰਡ ਨੂੰ ਪਾਲ ਰਿਹਾ, ਦੇ ਰਿਹਾ, ਦੀਗੇ ਕਦੇ ਵੀ ਉਹ ਕਿਸੇ 'ਤੇ ਅਹਿਸਾਨ ਨਹੀਂ ਕਰਦਾ। ਵਡਿਆਈ ਉਸ ਗੁਰੂ ਦੀ, ਪਰ ਫਿਰ ਵੀ ਜ਼ਰੂਰੀ ਹੈ। ਸਰ ਰਿਸ਼ਪਾਲ ਸਿੰਘ, ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪ ਆਇਓ, ਸਾਡਾ ਨਗਰ ਛੋਟਾ ਜਿਹਾ ਹੈ ਪਰ ਲੋਕ ਬੜੇ ਚੰਗੇ ਨੇ। ਸਰ ਰਿਸ਼ਪਾਲ ਸਿੰਘ ਜੀ ਬੜੇ ਸੇਵਾਦਾਰ ਨੇ, ਮਨ ਨਾਲ ਸੇਵਾ ਕਰਦੇ ਨੇ, ਧਨ ਨਾਲ ਸੇਵਾ ਕਰਦੇ ਨੇ, ਸੇਵਾ ਕਰਕੇ ਅਹਿਸਾਨ ਨਹੀਂ ਕਰਦੇ। ਨਗਰ ਵਾਸੀ ਬੜੇ ਪਿਆਰ ਵਾਲੇ ਨੇ। ਅੱਜ ਤੁਸੀਂ ਆਏ ਉਸ ਨਗਰ ਦੇ ਵਿੱਚ, ਆਪਣੇ ਸਾਰੇ ਸਮਾਗਮਾਂ ਨੂੰ ਇਸ ਧਰਤੀ ਤੋਂ ਸਾਡੇ ਕਈ ਬੱਚੇ ਦੇਸ਼ਾਂ ਵਿਦੇਸ਼ਾਂ 'ਚ ਵੱਸ ਰਹੇ ਨੇ। ਕੋਈ ਅਮੈਰੀਕਾ ਗਿਆ, ਕੋਈ ਕੈਨੇਡਾ ਗਿਆ, ਕੋਈ ਜਰਮਨ ਗਿਆ, ਕੋਈ ਇੰਗਲੈਂਡ ਗਿਆ। ਉਹਨਾਂ ਸਾਰਿਆਂ ਬੱਚਿਆਂ ਨੂੰ ਅੱਜ ਤਾਂਗ ਹੈ ਇੱਕ ਕਿ ਸਾਡੇ ਨਗਰ ਦੇ ਵਿੱਚ, ਕਿਉਂਕਿ ਉਹ ਨਗਰ ਨਾਲ ਜੁੜੇ ਹੋਏ ਨੇ, ਸਾਡੇ 'ਚ ਖਾਸੀਅਤ ਹੈ ਇੱਕ ਪੰਜਾਬੀਆਂ ਦੇ ਵਿੱਚ, ਅਸੀਂ ਆਪਣੇ ਵਿਰਸੇ ਨਾਲ ਜੁੜੇ ਹੁੰਦੇ ਹਾਂ। ਭਾਵੇਂ ਹਜ਼ਾਰਾਂ ਮੀਲ, ਲੱਖਾਂ ਮੀਲ ਦੂਰ ਰਹੀਏ, ਅਸੀਂ ਆਪਣਾ ਘਰ ਨਹੀਂ ਭੁੱਲਦੇ, ਆਪਣਾ ਦੇਸ਼ ਨਹੀਂ ਭੁੱਲਦੇ, ਆਪਣੀ ਧਰਤੀ ਨਹੀਂ ਭੁੱਲਦੇ। ਉਹ ਬੱਚੇ ਵੀ ਅੱਜ ਮਨ ਤੌਰ 'ਤੇ ਇੱਥੇ ਹੀ ਨੇ, ਪਰ ਉਹ ਸਰੀਰਕ ਤੌਰ 'ਤੇ ਉੱਥੇ ਕਾਰੋਬਾਰਾਂ ਵਾਸਤੇ, ਰੁਜ਼ਗਾਰ ਵਾਸਤੇ ਗਏ ਨੇ। ਅੱਜ ਉਹਨਾਂ ਦਾ ਮਨ ਹੈ ਕਿ ਸਾਨੂੰ ਸਾਡੇ ਨਗਰ ਵਿੱਚ ਜਿਹੜਾ ਸਮਾਗਮ ਚੱਲ ਰਿਹਾ, ਉਹ ਸਾਨੂੰ ਦੇਖ ਸਕੀਏ। ਅਸੀਂ ਤੁਸੀਂ ਬੜਾ ਚੰਗਾ ਉਪਰਾਲਾ ਕੀਤਾ ਕਿ ਇਹ ਸਾਰੇ ਸਮਾਗਮਾਂ ਨੂੰ, ਜੋ ਅੱਜ ਦਾ ਸਮਾਗਮ ਹੋਇਆ, ਕੱਲ੍ਹ ਜੋ ਸਮਾਗਮ ਹੋ ਰਹੇ ਨੇ,
ਟੂਰਨਾਮੈਂਟ ਹੋਣਾ ਹੈ ਕਬੱਡੀ ਦਾ, ਪਰਸੋਂ ਗੁਰਮਤਿ ਸਮਾਗਮ ਹੈ, ਸਾਰਾ ਇਹ ਸਾਰੇ ਸਮਾਗਮ ਤੱਕ ਪਹੁੰਚਾਉਣਾ ਹੈਗਾ। ਸਤਸੰਗ ਜੀ, ਇਹ ਇਨਸਾਨ ਸਰਿਸ਼ਪਾਲ ਸਿੰਘ ਐਸੇ ਇੱਕ ਸਹੀ ਇਨਸਾਨ ਨੇ, ਆਪ ਜੀ ਨੋਟ ਨਹੀਂ ਕੀਤੀ ਗੱਲ ਇੱਕ, ਇਹਨਾਂ ਨੇ ਬੜਾ ਸੋਹਣਾ ਇਸ ਪਾਰਟੀ ਨੇ ਲੁਧਿਆਣੇ ਤੋਂ ਆ ਕੇ ਤੁਹਾਡੀ ਸੇਵਾ ਕੀਤੀ ਜਿਵੇਂ ਜਿਵੇਂ ਕਰ ਸਕਦੇ ਸਨ, ਕਿਉਂਕਿ ਆਪ ਆਪਣੇ ਧਰਮ ਨਾਲ ਜੁੜੇ ਹੋਏ ਹਾਂ, ਇਸ ਉਸ ਧਰਮ ਨਾਲ ਜੁੜੇ ਨਹੀਂ ਹੋਏ, ਪਰ ਤੁਹਾਡੇ ਧਰਮ ਨੂੰ ਇਹਨਾਂ ਨੇ ਗਾ ਕੇ ਸੁਣਾਇਆ, ਉਸ ਧਰਮ ਨੂੰ ਸਮਝਦੇ ਨਹੀਂ ਪਰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ, ਤੁਹਾਡੇ ਗੁਰੂ ਦੇ ਤੁਹਾਡੇ ਵਿਰਸੇ ਦੇ ਗੁਣ ਗਾਏ ਇਹਨਾਂ ਨੇ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਆਪਾਂ ਇਸ ਬੜੀ ਵੱਡੀ ਗੱਲ ਸਮਝਦੇ ਹਾਂ। ਅਗਰ ਆਪਾਂ ਨੂੰ ਕਿਹਾ ਜਾਵੇ ਕੋਈ ਕਿਸੇ ਹੋਰ ਧਰਮ ਦੀਆਂ ਗੱਲਾਂ ਕਰੀ, ਸਾਡੇ ਕੋਲ ਨਹੀਂ ਹੋ ਸਕਦੀਆਂ ਜਦ ਤੱਕ ਤਿਆਰੀ ਨਾ ਕਰੀਏ। ਤੁਹਾਡਾ ਧਰਮ, ਤੁਹਾਡਾ ਵਿਰਸਾ ਜਿਹੜਾ ਸੰਸਾਰ 'ਤੇ ਪ੍ਰਸਿੱਧ ਆ, ਬੜੀਆਂ ਕੁਰਬਾਨੀਆਂ ਲਸਾਨੀਆਂ ਸਾਡੀਆਂ ਉੱਚ ਸ਼ਾਤ ਹੋਈਆਂ ਨੇ, ਗੁਰੂ ਸਾਹਿਬਾਂ ਦੀਆਂ ਬੜੇ ਸਾਡੇ 'ਤੇ ਪਰਪਕਾਰ ਨੇ, ਉਹਨਾਂ ਨੇ ਸਾਰਿਆਂ ਨੇ ਤੁਹਾਨੂੰ ਕਵਿਤਾ ਨਹੀਂ ਗਾ ਕੇ ਸੁਣਾਏ ਨੇ, ਉਹ 'ਚ ਕਈ ਭੁਲਾ ਹੋ ਸਕਦੀਆਂ ਨੇ। ਆਪੋ ਉਸ ਨੂੰ ਆਪਣੇ ਦਿਮਾਗ 'ਚ ਨਹੀਂ ਲਿਆਉਣਾ। ਭਾਈ ਸਪਾਲ ਸਿੰਘ ਨੇ, ਸ਼ਾਇਦ ਤੁਸੀਂ ਨੋਟ ਨਹੀਂ ਕੀਤਾ, ਆਪ ਉੱਠ ਕੇ ਗਏ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਕਿਸ ਧਰਮ ਦੇ ਕੀ ਅਸੂਲ ਨੇ, ਕਿਵੇਂ ਬੈਠਣਾ ਹੈ, ਕਿਵੇਂ ਬੋਲਣਾ ਹੈ, ਕਿਵੇਂ ਕਰਨਾ ਹੈ, ਪਰ ਫਿਰ ਉਹਨੇ ਬੜੀ ਆਪਣੀ ਸ਼ਿੱਦਤ ਨਾਲ ਬੜੇ ਸੋਹਣਾ ਗਾਇਆ ਉਹਨਾਂ ਨੇ। ਉਹਨਾਂ ਉੱਠ ਕੇ ਇਹ ਗੱਲ ਤੁਸੀਂ ਨੋਟ ਨਹੀਂ ਕੀਤੀ, ਕਿਹਾ ਕਿ ਸਟੇਜ ਦੇ ਉੱਪਰ ਜਦੋਂ ਅਸੀਂ ਦਿੰਦੇ ਹਾਂ ਪਰਫਾਰਮੈਂਸ, ਹੱਸਣਾ ਨਹੀਂ ਕਿਉਂਕਿ ਸਾਡੀ ਮਰਿਆਦਾ ਨੇ, ਅਸੀਂ ਨੋਟ ਕਰਦੇ ਪਏ। ਇਹ ਬੜੀ ਇੱਕ ਚੰਗੇ ਇਨਸਾਨ ਨੇ, ਨੇਕ ਇਨਸਾਨ ਨੇ, ਇਹਦੇ ਮਨ 'ਚ ਇੱਕ ਖਾਹਿਸ਼ ਹੁੰਦੀ ਹੈ ਕਿ ਮੈਂ ਆਪਣੇ ਧਰਮ ਨੂੰ, ਆਪਣੇ ਵਿਰਸੇ ਨੂੰ ਸੰਸਾਰ ਪੱਧਰ 'ਤੇ ਪਹੁੰਚਾ ਸਕਾਂ। ਪ੍ਰੋਫੈਸ਼ਨ ਹੈ ਇੱਕ, ਲੇਕਿਨ ਪ੍ਰੋਫੈਸ਼ਨ ਦੇ ਵਿੱਚ ਜਦ ਤੱਕ ਇੰਟਰਸਟ ਨਾ ਹੋਵੇ ਇਨਸਾਨ ਦਾ, ਇਨਸਾਨ ਜੁੜਿਆ ਨਾ ਹੋਵੇ ਆਪਣੇ ਵਿਰਸੇ ਨਾਲ, ਤਾਂ ਕੁਛ ਨਹੀਂ ਕਰ ਸਕਦਾ। ਅਸੀਂ ਧੰਨਵਾਦੀ ਹਾਂ ਇਹਨਾਂ ਦਾ ਵੀ ਬਹੁਤ, ਜਿਨ੍ਹਾਂ ਨੇ ਸਮਾਂ ਕੱਢ ਕੇ ਇਹ ਸਾਰੇ ਸਮਾਗਮਾਂ ਨੂੰ ਇੱਕ ਵਿੜਾ ਚੁੱਕਿਆ ਕਿ ਦੇਸ਼ ਵਿਦੇਸ਼ ਸੰਗਤਾਂ ਨੂੰ ਦਿਖਾਉਣਾ ਹੈਗਾ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ, ਸਭ ਤੋਂ ਵੱਡਾ ਧੰਨਵਾਦ ਸਮੂਹ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਰੇ ਸਮਾਗਮ ਸਿਰ ਚਾੜਨਾ, ਅਤੇ ਬਹੁਤ ਹੀ ਵੱਡਾ ਧੰਨਵਾਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਸਾਹਿਬ ਸ੍ਰੀ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰ 'ਚ ਬੈਠ ਕੇ ਸਾਨੂੰ ਇਹ ਸਮਾਂ ਮਿਲਦਾ ਕਿ ਅਸੀਂ ਗੁਰੂ ਦੇ ਜਸ ਗਾਇ ਨਹੀਂ ਸਕੀਏ, ਆਪਣੇ ਜੀਵਨ ਸਫਲ ਬਣਾ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਸਮਾਂ ਹੋ ਗਿਆ ਕਾਫੀ, ਕਿਉਂਕਿ ਕੱਲ੍ਹ ਦੇ ਸਾਰੇ ਪ੍ਰੋਗਰਾਮ ਚੱਲਣੇ ਹੈਗੇ ਨੇ, ਸਾਰਿਆਂ ਨੇ ਕਿਸੇ ਨੇ ਲੰਗਰ 'ਚ ਜਾਣਾ ਹੈਗਾ, ਕਿਸੇ ਨੇ ਹੋਰ ਸਮਾਗਮ 'ਚ ਤਿਆਰੀ ਕਰਨੀ ਹੈਗੀ ਹੈ, ਸੋ ਆਪਣੇ ਆਰਾਮ ਵੀ ਕਰਨਾ ਹੈਗਾ, ਅੰਮ੍ਰਿਤਸਰ ਜਾ ਕੇ ਫਿਰ ਹੋਰ ਸਮਾਗਮ 'ਚ ਆਪਣੇ ਸ਼ਾਮਿਲ ਹੋਣਾ ਹੈਗਾ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਇਸ ਪਾਰਟੀ ਦਾ ਜੋ ਲੁਧਿਆਣੇ ਤੋਂ ਆ ਕੇ ਸੇਵਾ ਕੀਤੀ ਹੈ, ਕੇ ਟੀ ਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਆਪਣੇ ਸਾਥੀਆਂ ਸੰਗੀਆਂ ਦਾ ਆਏ ਨੇ। ਸੋ ਹੁਣ ਨਾਨਕ ਸਾਹਿਬ ਜੀ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਹੋਣੀ ਹੈ, ਕਿਉਂਕਿ ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ। ਸਤਸੰਗ ਜੀ, ਸਾਨੂੰ ਵਿਚਾਰ ਆਇਆ ਸੀ ਕਿ ਸਤਿਗੁਰੂ ਦੇ ਪ੍ਰਕਾਸ਼ ਨਾ ਕੀਤੇ ਜਾਣ, ਅਸੀਂ ਕਿਹਾ ਨਹੀਂ, ਐਸਾ ਹੋ ਨਹੀਂ ਸਕਦਾ, ਗੁਰੂ ਦੀ ਹਜ਼ੂਰੀ 'ਚ ਬੈਠ ਕੇ ਸਾਨੂੰ ਇੱਕ ਮਰਿਆਦਾ ਆਉਂਦੀ ਹੈ, ਸਲੀਕਾ ਆਉਂਦਾ, ਸਾਨੂੰ ਡਰ ਹੁੰਦਾ ਗੁਰੂ ਦਾ ਵੀ ਕਿੱਥੇ ਬੈਠੇ ਹੋਏ ਹਾਂ ਅਸੀਂ, ਸਾਡੀਆਂ ਮਰਿਆਦਾਵਾਂ ਠੀਕ ਹੋ ਜਾਂਦੀਆਂ ਨੇ। ਅਸੀਂ ਕੋਈ ਗੱਲ ਨਹੀਂ, ਉਹਨਾਂ ਨੇ ਆਉਣਾ, ਉਹਨਾਂ ਆਪਣੇ ਤਰੀਕੇ ਨਾਲ ਗਾਉਣਾ। ਅਸੀਂ ਉਹਨਾਂ ਨੂੰ ਪਹਿਲੇ ਬੇਨਤੀ ਕੀਤੀ ਸੀ, ਕਿਉਂਕਿ ਸਾਡੀ ਜਿਹੜੀ ਸਟੇਜ ਹੈ ਧਾਰਮਿਕ ਹੁੰਦੀ ਹੈਗੀ ਹੈ, ਇਹਦੇ 'ਚ ਸਾਡੀਆਂ ਕੁਛ ਵਿਵਸਥਾਵਾਂ ਹੋਰ ਹੈਗੀਆਂ ਨੇ, ਉਹਨਾਂ ਨੇ ਬੜੇ ਤਰੀਕੇ ਨਾਲ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਪ੍ਰਕਾਸ਼ ਕਰਕੇ ਇਸੇ ਕਰਕੇ ਇਹ ਬੇਨਤੀ ਕੀਤੀ ਸਾਰਿਆਂ ਨੂੰ, ਪ੍ਰਕਾਸ਼ ਕਰਨਾ ਬਈ, ਪ੍ਰਕਾਸ਼ ਕਰਕੇ ਸੀਸ ਲੈ ਕੇ ਗੁਰੂ ਦੀ ਸਾਰੇ ਸਮਾਗਮ ਸ਼ੁਰੂ ਕਰਨੇ ਹੈਗੇ ਨੇ। ਸੋ ਹੁਣ ਨਾਨਕ ਸਾਹਿਬ ਜੀ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਹੋਣੀ ਹੈ, ਸੁਖਾਸਨ ਹੋਣੇ, ਸਤਿਗੁਰੂ ਪਾਤਸ਼ਾਹ ਜੀ ਦੀ ਦੇਗ ਵਰਤਾਈ ਜਾਏਗੀ, ਸਾਰੇ 5-10-15 ਮਿੰਟ ਸਮਾਗਮ ਨੇ ਵੀ ਹੁਣ ਸਾਰੇ ਰੁਕ ਕੇ ਜਾਣਾ, ਐਸਾ ਨਹੀਂ ਕਿ ਆਪਾਂ ਚਲੇ ਜਾਈਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਸਹਿਯੋਗ ਦੇ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।